ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਜੀ ਹੈਕਟੇਅਰ ਕਿਵੇਂ ਬਣਦਾ ਹੈ, ਕਿੱਲਿਆਂ ਕਨਾਲਾਂ ਮਰਲਿਆਂ ਬਾਰੇ ਆਪਾਂ ਤੁਹਾਨੂੰ ਪਹਿਲਾਂ ਦੀਆਂ ਵੀਡੀਓ 'ਚ ਦੱਸਿਆ ਹੋਇਆ, ਉਹ ਤੁਸੀਂ ਪਲੇਲਿਸਟ ਦੇ ਵਿੱਚ ਆ ਕੇ ਦੇਖ ਸਕਦੇ ਹੋ। ਹੈਕਟੇਅਰ ਕਿਵੇਂ ਬਣਦਾ, ਕਿੰਨੀ ਜਗ੍ਹਾ ਨੂੰ ਹੈਕਟੇਅਰ ਕਹਿੰਦੇ ਨੇ। ਸਭ ਤੋਂ ਪਹਿਲਾਂ ਹੈਕਟੇਅਰ ਬਣਾਉਣ ਲਈ ਸੈਂਟੇਅਰ ਬਣਾਉਣਾ ਪਊਗਾ ਜੀ। ਸੈਂਟੇਅਰ ਕਿਵੇਂ ਬਣਦਾ ਜੀ, 1x1 ਮੀਟਰ, 1 ਮੀਟਰ ਚੌੜਾ, 1 ਲੰਮਾ, ਉਹਨੂੰ ਕਹਿੰਦੇ ਨੇ ਸੈਂਟੇਅਰ। ਸਭ ਤੋਂ ਪਹਿਲਾਂ ਬਣੂਗਾ ਸੈਂਟੇਅਰ, 1x1 ਨੂੰ ਸੈਂਟੇਅਰ ਕਹਿੰਦੇ ਨੇ। 100 ਸੈਂਟੇਅਰ ਨੂੰ ਇੱਕ ਆਰੇ ਕਹਿੰਦੇ ਨੇ। ਪਹਿਲਾਂ ਬਣੂਗਾ ਸੈਂਟੇਅਰ, ਫਿਰ ਬਣੂਗਾ ਆਰੇ। ਸੈਂਟੇਅਰ ਤੋਂ ਬਾਅਦ ਬਣਦਾ ਹੈ ਆਰੇ, 1 ਆਰੇ, ਠੀਕ ਹੈ ਜੀ। 100 ਸੈਂਟੇਅਰ ਦਾ 1 ਆਰੇ ਅਤੇ 100 ਆਰੇ ਦਾ ਬਣਦਾ 1 ਹੈਕਟੇਅਰ। ਮੰਨ ਲਓ ਹੈਕਟੇਅਰ ਦੀ ਮੁੱਢਲੀ ਇਕਾਈ ਸੈਂਟੇਅਰ ਹੈ, 1 ਵਰਗ ਮੀਟਰ ਦਾ ਦੂਜਾ ਨਾਂ ਹੀ ਸੈਂਟੇਅਰ ਹੈ, ਅਤੇ 1x1 ਵਰਗ ਮੀਟਰ ਹੋ ਜਾਂਦਾ ਜਦੋਂ ਉਹਨੂੰ ਸੈਂਟੇਅਰ ਕਹਿ ਦਿੰਦੇ ਨੇ। ਅਤੇ ਜਦੋਂ ਇਸ ਤੋਂ ਬਾਅਦ ਆਰੇ ਬਣਦਾ ਹੈਗਾ, ਮੰਨ ਲਓ ਵੀ 10x10 ਮੀਟਰ 100 ਵਰਗ ਮੀਟਰ ਹੋ ਗਿਆ, 100 ਸੈਂਟੇਅਰ ਹੋ ਗਿਆ, 100 ਸੈਂਟੇਅਰ ਦਾ 1 ਆਰੇ ਬਣੂਗਾ ਜੀ। 1 ਆਰੇ ਤੋਂ ਬਾਅਦ ਫਿਰ ਹੈਕਟੇਅਰ ਬਣੂਗਾ। ਮੰਨ ਲਓ 10,000 ਵਰਗ ਮੀਟਰ ਜਾਂ 100 ਆਰਿਆਂ ਨੂੰ 1 ਹੈਕਟੇਅਰ ਕਿਹਾ ਜਾਂਦਾ। 100x100 ਵਰਗ ਮੀਟਰ ਨੂੰ 10,000 ਵਰਗ ਮੀਟਰ ਬਣ ਗਿਆ, 100 ਵਰਗ ਮੀਟਰ ਦਾ 1 ਆਰੇ, ਅਤੇ 10,000 ਵਰਗ ਮੀਟਰ ਦਾ, ਠੀਕ ਹੈ ਜੀ, 1 ਹੈਕਟੇਅਰ ਬਣ ਗਿਆ। 100x100 ਮੀਟਰ ਜਗ੍ਹਾ ਨੂੰ ਜਿਹੜੀ ਕਿ 10,000 ਵਰਗ ਮੀਟਰ ਹੁੰਦੀ ਹੈ, ਉਹਦਾ 1 ਹੈਕਟੇਅਰ ਬਣਦਾ ਹੈਗਾ। 10,000 ਵਰਗ ਮੀਟਰ ਬਣ ਗਿਆ, 100 ਮੀਟਰ ਲੰਮਾ, 100 ਮੀਟਰ ਚੌੜਾ, ਇਹ ਜਗ੍ਹਾ ਹੋ ਗਈ ਜਿਹੜੀ ਮੀਟਰਾਂ ਦੇ ਵਿੱਚ ਡਿਜੀਟਲ 'ਚ, ਇਹਨੂੰ 1 ਹੈਕਟੇਅਰ ਕਿਹਾ ਜਾਂਦਾ ਹੈਗਾ। ਜਿੱਥੇ ਜਿੱਥੇ ਮਾਲ ਰਿਕਾਰਡ ਕੰਪਿਊਟਰਾਈਜ਼ ਹੋਈ ਜਾਂਦਾ ਹੈਗਾ, ਅਤੇ ਉੱਥੇ ਵਿੱਘੇ ਵਿਸਵੇ ਅਤੇ ਕਨਾਲਾਂ ਮਰਲਿਆਂ ਤੋਂ ਹੈਕਟੇਅਰ ਅਤੇ ਵਰਗਾਂ ਮੀਟਰਾਂ ਵਿੱਚ ਹੀ ਦਰਜ ਕੀਤਾ ਜਾਂਦਾ ਹੈਗਾ ਜਿਹੜਾ ਰਿਕਾਰਡ ਹੈ। ਤਾਂ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ, ਲਾਈਕ ਸ਼ੇਅਰ ਜ਼ਰੂਰ ਕਰਿਓ, ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ। ਹੋਰ ਤੁਹਾਡਾ ਕੋਈ ਸਵਾਲ ਆ ਜਿਵੇਂ ਇਹ ਦੱਸਿਆ ਸੀ, ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਵੀ ਸਾਡਾ ਸਵਾਲ ਆ, ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਹੈਕਟੇਅਰ ਬਾਰੇ ਦੱਸਤਾ ਅਸੀਂ ਤੁਹਾਨੂੰ, ਮਰਲਿਆਂ ਬਾਰੇ ਦੱਸਿਆ ਹੋਇਆ, ਕਨਾਲਾਂ ਬਾਰੇ ਦੱਸਿਆ ਹੋਇਆ, ਮਰਲੇ ਦੇ ਛੋਟੇ ਰੂਪ ਸਰਸਾਹੀ ਬਾਰੇ ਵੀ ਦੱਸਿਆ ਹੋਇਆ, ਉਹ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਲਓ। ਧੰਨਵਾਦ ਜੀ।